ਡਾਈਟ ਹੀ ਕੇਲੇ ਮਿਲਦੇ ਆ ਜੀ ਦੁੱਧ ਮਿਲਦੇ ਆ ਜੀ ਸ਼ਾਮ ਨੂੰ ਮਿਲਦੇ ਸਵੇਰੇ ਆਉਂਦੇ ਨਹੀਂ ਸਵੇਰੇ ਨਹੀਂ ਮਿਲਦਾ ਨਹੀਂ ਤੇ ਸ਼ਾਮ ਨੂੰ ਕੀ 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 ਕਿੰਨਾ ਕਿੰਨਾ ਦਿੰਦੇ ਆ ਇੱਕ ਬੱਚੇ ਸ਼ਾਮ ਨੂੰ ਇੱਕ ਬੱਚੇ ਨੂੰ ਇੱਕ ਦੁੱਧ ਦਾ ਪੈਕਟ ਜੀ ਤੇ ਕੇਲੇ ਜੀ ਅੱਧਾ ਕਿਲੋ ਦਾ ਹਾਂਜੀ ਹਾਂਜੀ ਇੱਕ ਕਿਲੋ ਅੱਛਾ ਤੇ ਇਸ ਤੋਂ ਇਲਾਵਾ ਬਦਾਮ ਜਾਂ ਕੁਛ ਹੋਰ ਨਹੀਂ ਨਹੀਂ ਹੈ ਨਹੀਂ ਹੋਰ ਕੁਝ ਆਂਡੇ ਨਹੀਂ ਕੁਛ ਨਹੀਂ ਮਿਲਦਾ ਅੱਛਾ ਮਹੀਨੇ ਚ ਨੂੰ ਕਿੰਨੇ ਕੁ ਦਿਨ ਮਿਲਦੀ ਆ ਮਹੀਨੇ ਚ ਜੀ ਆ ਜਾਂਦੀ ਆ ਵਿੱਚ ਨੂੰ ਕਈ ਵਾਰ ਤਿੰਨ ਦਿਨ ਲਗਾਤਾਰ ਨਹੀਂ ਵਿੱਚ ਦਿੰਦੇ ਜੀ ਉਹ ਡਾਈਟ ਸਰ ਸਾਡੇ ਕੋਲ 115 ਬੱਚਾ ਸੀਗਾ ਹੁਣ 88 ਬੱਚੇ ਰਹਿ ਗਏ ਆ ਤੇ ਡਾਈਟ ਸਾਨੂੰ 15 ਬੱਚਿਆਂ ਦੀ ਮਿਲਦੀ ਆ ਟਾਈਮ ਅੱਧਾ ਕਿਲੋ ਦੁੱਧ 2 ਕਿਲੇ ਦਿੰਦੇ ਆ ਜੀ ਅੱਛਾ ਤੇ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਬਦਾਮ ਜਾਂ ਆਂਡੇ ਵਗੈਰਾ ਕੋਈ ਮਿਲਦਾ ਕੁਛ ਨਹੀਂ ਸਰ ਸਾਨੂੰ ਨਾ ਬਦਾਮ ਨਾ ਆਂਡੇ ਕਦੀ ਨਹੀਂ ਆਇਆ ਕਈ ਜੈਂਟਰਾਂ ਦੇ ਵਿੱਚ ਜਿਹੜੇ ਕਿ ਆਂਡੇ ਅਤੇ ਬਦਾਮ ਨਹੀਂ ਦਿੱਤੇ ਜਾ ਰਹੇ ਬੱਚਿਆਂ ਦੀ ਸ਼ਿਕਾਇਤ ਆ ਜਾਂ ਕੁੱਚਿਆਂ ਦੀ ਸ਼ਿਕਾਇਤ ਆ ਵੀ ਸਾਨੂੰ ਨਾ ਤਾਂ ਪੁੱਛਿਆ ਗਿਆ ਨਾ ਸਾਨੂੰ ਦੱਸਿਆ ਗਿਆ ਗੈਪ ਬਹੁਤ ਪੈਂਦੇ ਆ ਵੀ ਤਿੰਨ ਤਿੰਨ ਚਾਰ ਚਾਰ ਦਿਨ ਡਾਈਟ ਹੀ ਨਹੀਂ ਮਿਲਦੀ ਸਰ ਬੱਚੇ ਝੂਠ ਬੋਲਿਆ ਕੋਚ ਝੂਠ ਬੋਲਿਆ ਭ੍ਰਿਸ਼ਟਾਚਾਰ ਇਸ ਕਦਰ ਵੱਧ ਚੁੱਕਿਆ ਕਿ ਹੁਣ ਭ੍ਰਿਸ਼ਟਾਚਾਰੀ ਕੁਝ ਵੀ ਖਾਣ ਤੋਂ ਗੁਰੇਜ਼ ਨਹੀਂ ਕਰਦੇ ਫਿਰ ਭਾਵੇਂ ਉਹ ਰੇਤ ਖੱਡਾ ਹੋਣ ਸੜਕਾਂ 'ਤੇ ਪੈਂਦਾ ਮਲਬਾ ਹੋਵੇ ਜਾਂ ਫਿਰ ਖਿਡਾਰੀਆਂ ਨੂੰ ਮਿਲਣ ਵਾਲੇ ਦੁੱਧ ਆਂਡੇ ਹੀ ਕਿਉਂ ਨਾ ਹੋਣ ਖਾਣ ਵਾਲੇ ਸਭ ਕੁਝ ਖਾ ਜਾਂਦੇ ਨੇ ਅਜਿਹਾ ਹੀ ਮਾਮਲਾ ਹੁਣ ਮੁੱਖ ਮੰਤਰੀ ਚੰਨੀ ਦੇ ਜ਼ਿਲ੍ਹੇ ਰੂਪਨਗਰ ਤੋਂ ਸਾਹਮਣੇ ਆਇਆ ਏ ਜਿੱਥੇ ਖਿਡਾਰੀਆਂ ਵੱਲੋਂ ਠੇਕੇਦਾਰ ਉੱਪਰ ਉਹਨਾਂ ਨੂੰ ਰੋਜ਼ਾਨਾ ਮਿਲਦੀ ਖੁਰਾਕ ਜਿਹੜੀ ਕਿ ਪਹਿਲਾਂ ਹੀ ਨਾ ਮਾਤਰ ਹੁੰਦੀ ਏ ਖਿਡਾਰੀਆਂ ਅਤੇ ਖਿਡਾਰੀਆਂ ਦੇ ਕੋਚ ਸਹਿਬਾਨ ਦਾ ਇਲਜ਼ਾਮ ਏ ਕਿ ਬੱਚਿਆਂ ਨੂੰ ਸਰਕਾਰ ਵੱਲੋਂ ਅਲਾਟ ਕੀਤੇ ਜਾਂਦੇ ਦੁੱਧ ਆਂਡੇ ਕੇਲੇ ਬਦਾਮ ਆਦਿ ਵਿੱਚੋਂ ਆਂਡੇ ਅਤੇ ਬਦਾਮ ਗਾਇਬ ਕਰ ਦਿੱਤੇ ਗਏ ਨੇ ਜਦਕਿ ਹਫ਼ਤੇ ਵਿੱਚ ਤਿੰਨ ਤਿੰਨ ਦਿਨ ਤਾਂ ਪੂਰੀ ਦੀ ਪੂਰੀ ਖੁਰਾਕ ਹੀ ਗਾਇਬ ਕਰ ਦਿੱਤੀ ਜਾਂਦੀ ਹੈ ਬੱਚਿਆਂ ਅਤੇ ਕੋ ਸਹਿਬਾਨ ਦਾ ਕੀ ਕਹਿਣਾ ਤੁਸੀਂ ਖੁਦ ਹੀ ਸੁਣ ਲਵੋ ਬੇਟਾ ਕੀ ਨਾਮ ਆ ਕਿਹੜੀ ਜਗ੍ਹਾ ਤੋਂ ਗੱਲ ਕਰਦੇ ਹੋ ਮੇਰਾ ਨਾਮ ਜਸਮੀਤ ਸਿੰਘ ਹੈ ਤੇ ਮਾਜਰੀ ਜੱਟਾ ਤੋਂ ਬੋਲਦਾ ਹਾਂ ਕਿਹੜੀ ਗੇਮ ਖੇਡਦੇ ਤੁਸੀਂ ਕਿਹੜੀ ਅਕੈਡਮੀ ਚ ਮੈਂ ਜੀ ਹਾਕੀ ਖੇਡਦੇ ਜੀ ਗੋਬਿੰਦ ਵੈਲੀ ਰੂਪਨਗਰ ਹਾਕੀ ਅਕੈਡਮੀ ਤੋਂ ਕਿੰਨੇ ਕਿੰਨੇ ਸਾਲਾਂ ਤੋਂ ਖੇਡਦੇ ਹੋ ਮੈਨੂੰ 2 ਸਾਲ ਹੋ ਗਏ ਜੀ ਹਾਕੀ ਖੇਡਦੇ ਹਾਂ ਅੱਛਾ ਸਰਕਾਰ ਵੱਲੋਂ ਕੋਈ ਡਾਈਟ ਵੀ ਮਿਲਦੀ ਹੈ ਤੁਹਾਨੂੰ ਖਾਣ ਨੂੰ ਕਿਹੜੇ ਟਾਈਮ ਮਿਲਦੀ ਕਿੰਨੀ ਸਾਨੂੰ ਸਰਕਾਰ ਵੱਲੋਂ ਹੀ ਦੁੱਧ ਤੇ ਕੇਲੇ ਆਉਂਦੇ ਨੇ ਜੀ ਸ਼ਾਮ ਟਾਈਮ ਜੀ ਅੱਛਾ ਕਿੰਨੇ ਕਿੰਨੇ ਬੱਚੇ ਨੂੰ ਕਿੰਨੇ ਕਿੰਨੇ ਕਿੱਦਾਂ ਦਿੰਦੇ ਆ ਦੁੱਧ ਕੇਲੇ ਸ਼ਾਮ ਟਾਈਮ ਜੀ ਹਰ ਇੱਕ ਪਲੇਅਰ ਨੂੰ ਇੱਕ 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 ਦੁੱਧੀ ਥੈਲੀ ਤੇ ਇੱਕ ਕੇਲੇ ਆਉਂਦੇ ਜੀ ਕਈ ਦਿਨ ਜੀ ਦੁੱਧ ਉਹ ਡਾਈਟ ਆਉਂਦੀ ਨਹੀਂ ਹੈਗੀ ਜੀ ਹਾਂ ਹਾਂ ਵਿੱਚ ਵਿੱਚ ਮਿਸਿੰਗ ਵੀ ਹੁੰਦੀ ਆਉਂਦੀ ਵੀ ਨਹੀਂ ਹਾਂਜੀ ਛੁੱਟੀ 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 ਕਰਦੇ ਜੀ ਉਹ ਡਾਈਟ ਨਹੀਂ ਦਿੰਦੇ ਹੈਗੇ ਜੀ ਅੱਛਾ ਮਹੀਨੇ 'ਚ ਨੂੰ ਕਿੰਨੇ ਕੁ ਦਿਨ ਮਿਲਦੀ ਆ ਮਹੀਨੇ 'ਚ ਜੀ ਆ ਜਾਂਦੀ ਆ ਵਿੱਚ ਨੂੰ ਕਈ ਵਾਰ ਤਿੰਨ ਦਿਨ ਲਗਾਤਾਰ ਨਹੀਂ ਵੀ ਦਿੰਦੇ ਜੀ ਉਹ ਡਾਈਟ ਅੱਛਾ ਡਾਈਟ ਨਹੀਂ ਦਿੰਦੇ ਤੇ ਇਸ ਤੋਂ ਜਿਹੜਾ ਹੈਗਾ ਦੁੱਧ ਕੇਲੇ ਤੋਂ ਇਲਾਵਾ ਕੋਈ ਆਂਡੇ ਕੋਈ ਬਦਾਮ ਵੀ ਮਿਲਦੇ ਆ ਨਹੀਂ ਜੀ ਆਂਡੇ ਬਦਾਮ ਕੁਛ ਨਹੀਂ ਦਿੰਦੇ ਜੀ ਉਹ ਕੁਛ ਨਹੀਂ ਮਿਲਦੇ ਹੈਗੇ ਅੱਛਾ ਬੇਟਾ ਕੀ ਨਾਮ ਆ ਜਸਕਰਨ ਸਿੰਘ ਆ ਜੀ ਮੇਰਾ ਨਾਮ ਜੀ ਕੀ ਗੇਮ ਖੇਡੋ ਕਿੱਥੇ ਹਾਕੀ ਖੇਡਦੇ ਅਸੀਂ ਰੂਪਨਗਰ ਹਾਕੀ ਅਕੈਡਮੀ ਅੱਛਾ ਅੱਛਾ ਡਾਈਟ ਕੀ ਮਿਲਦੀ ਹੈ ਸਰਕਾਰ ਵੱਲੋਂ ਡਾਈਟ ਜੀ ਕੇਲੇ ਮਿਲਦੇ ਆ ਜੀ ਦੁੱਧ ਮਿਲਦੇ ਆ ਜੀ ਸ਼ਾਮ ਨੂੰ ਮਿਲਦੇ ਸਵੇਰੇ ਆਉਂਦੇ ਨੇ ਜੀ ਸਵੇਰੇ ਨਹੀਂ ਮਿਲਦਾ ਨਹੀਂ ਤੇ ਸ਼ਾਮ ਨੂੰ ਕੀ ਕਿੰਨਾ ਕਿੰਨਾ ਦਿੰਦੇ ਆ ਇੱਕ ਬੱਚੇ ਸ਼ਾਮ ਨੂੰ ਇੱਕ ਬੱਚੇ ਨੂੰ ਇੱਕ ਦੁੱਧ ਦਾ ਪੈਕਟ ਜੀ ਤੇ ਕੇਲੇ ਜੀ ਅੱਧਾ ਕਿਲੋ ਦਾ ਹਾਂਜੀ ਹਾਂਜੀ ਇੱਕ ਕਿਲੋ ਅੱਛਾ ਤੇ ਇਸ ਤੋਂ ਇਲਾਵਾ ਬਦਾਮ ਜਾਂ ਕੁਛ ਹੋਰ ਨਹੀਂ ਨਹੀਂ ਹੈ ਨਹੀਂ ਹੋਰ ਕੁਝ ਆਂਡੇ ਨਹੀਂ ਕੁਛ ਨਹੀਂ ਮਿਲਦਾ ਨਹੀਂ ਤੇ ਵਿੱਚ ਗੈਪ ਵੀ ਪੈਂਦਾ ਕਦੇ ਮਤਲਬ ਹਾਂਜੀ ਹਾਂਜੀ 3-4 ਦਿਨ ਕਈ ਵਾਰੀ ਆਉਂਦੇ ਨਹੀਂ ਅੱਛਾ ਵਿੱਚ ਆਉਂਦੇ ਵੀ ਨਹੀਂ ਮਹੀਨੇ ਚ ਨਹੀਂ ਹਾਂਜੀ ਸਰ ਕੀ ਨਾਮ ਆ ਕਿਹੜੀ ਜਗ੍ਹਾ ਤੋਂ ਜੀ ਮੈਨੂੰ ਇੰਦਰਜੀਤ ਸਿੰਘ ਆ ਜੀ ਤੇ ਕੀ ਕਰਦੇ ਹੋ ਤੁਸੀਂ ਮੈਂ ਰੂਪਨਗਰ ਹਾਕੀ ਅਕੈਡਮੀ ਦਾ ਕੋਚ ਆ ਜੀ ਅੱਛਾ ਤੇ ਸਰ ਗੱਲ ਕੀਤੀ ਜਾਵੇ ਤਾਂ ਬੱਚਿਆਂ ਦੀ ਡਾਈਟ ਦੀ ਕਿੰਨੇ ਕੁ ਬੱਚੇ ਆ ਤੁਹਾਡੇ ਕੋਲ ਤਾਂ ਕਿੰਨੀ ਕੁ ਡਾਈਟ ਮਿਲਦੀ ਆ ਤੁਹਾਨੂੰ ਇਸ ਟਾਈਮ ਬੱਚੇ ਸਰ ਸਾਡੇ ਕੋਲ 115 ਬੱਚਾ ਸੀਗਾ ਹੁਣ 88 ਬੱਚੇ ਰਹਿ ਗਏ ਆ ਅੱਛਾ ਤੇ ਡਾਈਟ ਸਾਨੂੰ 15 ਬੱਚਿਆਂ ਦੀ ਮਿਲਦੀ ਆ ਤੇ 15 ਬੱਚਿਆਂ ਦੀ ਡਾਈਟ ਦੇ ਵਿੱਚ ਕੀ ਮਿਲਦਾ ਰੋਜ਼ਾਨਾ ਤੇ ਕਦੋਂ ਤੋਂ ਸ਼ੁਰੂ ਹੋਈ ਆ ਇਹ ਪਿਛਲੇ ਮਹੀਨੇ ਸਾਲ ਸ਼ੁਰੂ ਹੋਈ ਆ ਤੇ ਉਹਦੇ ਵਿੱਚ ਸਾਨੂੰ ਇੱਕ ਬੱਚੇ ਨੂੰ ਮਤਲਬ ਇੱਕ ਟਾਈਮ ਅੱਧਾ ਕਿਲੋ ਦੁੱਧ 2 ਕਿਲੇ ਦਿੰਦੇ ਆ ਜੀ ਅੱਛਾ ਤੇ ਇਸ ਤੋਂ ਇਲਾਵਾ ਕੋਈ ਹੋਰ ਚੀਜ਼ ਬਦਾਮ ਜਾਂ ਆਂਡੇ ਵਗੈਰਾ ਕੋਈ ਮਿਲਦਾ ਕੁਛ ਨਹੀਂ ਸਰ ਸਾਨੂੰ ਨਾ ਬਦਾਮ ਨਾ ਆਂਡੇ ਕਦੀ ਨਹੀਂ ਆਇਆ ਜੀ ਤੇ ਪਰ ਠੇਕੇਦਾਰ ਕਿਤੇ ਨਾ ਕਿਤੇ ਜਿਹੜਾ ਹੈਗਾ ਫੋਨ 'ਤੇ ਦੱਸ ਰਿਹਾ ਕਿ ਉਹ ਕੋਚ ਨੂੰ ਇਕੱਠੇ ਬਦਾਮ ਜਿਹੜੇ ਹੈਗੇ ਆ ਕੋਈ ਆਂਡੇ ਇਕੱਠੇ ਦੇ ਜਾਂਦੇ ਆ ਹਾਂਜੀ ਸਰ ਜੇ ਸਾਡੇ ਕੋਲ ਆਉਣ ਤਾਂ ਅਸੀਂ ਦੇ ਦੇਣਾ ਇਸ ਤਾਂ ਆਪਣੇ ਕੋਲ ਵੀ ਡੈਡ ਖਵਾਉਂਦੇ ਬੱਚਿਆਂ ਨੂੰ ਦਲੀਆ ਬਣਾ ਕੇ ਖਵਾਉਂਦੇ ਅਸੀਂ ਛੋਲੇ ਦਿੰਦੇ ਆ ਬੱਚਿਆਂ ਨੂੰ ਅਸੀਂ ਆਪਣੇ ਕੋਲੋਂ ਦਿੰਦੇ ਹਾਂ ਜੀ ਸਾਡੇ ਕੋਲ ਗੌਰਮੈਂਟ ਸਾਨੂੰ ਦਿੰਦੀ ਸੀ ਕਿ ਆਪਣੇ ਕੋਲ ਰੱਖ ਕੇ ਕੀ ਕਰਨੇ ਆ ਅਸੀਂ ਬੱਚਿਆਂ ਤੋਂ ਦੇਣੇ ਆ ਜੀ ਅਤੇ ਤੁਹਾਨੂੰ ਅੱਜ ਤੋਂ ਪਹਿਲਾਂ ਪਤਾ ਸੀ ਇਹ ਗੱਲ ਕਿ ਜਿਹੜਾ ਬਦਾਮ ਔਰ ਆਂਡੇ ਵੀ ਜਿਹੜੇ ਹੈਗੇ ਸਰਕਾਰ ਵੱਲੋਂ ਦਿੱਤੇ ਜਾਂਦੇ ਆ ਨਹੀਂ ਸਾਨੂੰ ਕਿਸੇ ਨੇ ਨਹੀਂ ਦੱਸਿਆ ਵੀ ਆਂਡੇ ਔਰ ਬਦਾਮ ਵੀ ਮਿਲਦੇ ਆ ਪਰ ਕੁਛ ਦਿਨ ਪਹਿਲਾਂ ਆਪਣਾ ਡਿਸਟ੍ਰਿਕਟ ਸਪੋਰਟਸ ਆਫਿਸਰ ਆਏ ਸੀ ਉਹਨਾਂ ਦੱਸਿਆ ਸੀ ਜੀ ਵੀ ਆਂਡੇ ਔਰ ਬਦਾਮ ਵੀ ਦਿੱਤੇ ਜਾਂਦੇ ਆ ਵੀ ਤੁਹਾਨੂੰ ਆਉਂਦੇ ਕਿ ਨਹੀਂ ਆਉਂਦੇ ਅਸੀਂ ਕਿਹਾ ਵੀ ਸਾਡੇ ਕੋਲ ਨਹੀਂ ਪਹੁੰਚੇ ਉਹ ਕਹਿੰਦੇ ਵੀ ਸਾਨੂੰ ਤੁਸੀਂ
ਦੱਸਣਾ ਸੀਗਾ ਪਰ ਅਸੀਂ ਕਿਹਾ ਵੀ ਜੋ ਗਵਰਨਮੈਂਟ ਦੇ ਰਹੀ ਆ ਉਹੀ ਆਉਣਾ ਚਾਹੀਦਾ ਸਾਡੇ ਕੋਲ ਉਹੀ ਆ ਰਿਹਾ। ਰੂਪਨਗਰ ਦੇ ਵੱਖ ਵੱਖ ਸਟੇਡੀਅਮਾਂ ਦੀ ਗੱਲ ਕੀਤੀ ਜਾਵੇ ਤਾਂ ਖਬਰਾਂ ਆ ਰਹੀਆਂ ਨੇ ਕਿ ਮਾਮਲਾ ਮੀਡੀਆ ਵਿੱਚ ਆਉਣ ਤੋਂ ਬਾਅਦ ਠੇਕੇਦਾਰ ਨੇ ਕੁਝ ਬੱਚਿਆਂ ਨੂੰ ਥੋੜ੍ਹੇ ਦਿਨਾਂ ਤੋਂ ਬਦਾਮ ਤਾਂ ਦੇਣੇ ਸ਼ੁਰੂ ਕਰ ਦਿੱਤੇ ਨੇ ਪਰ ਆਂਡੇ ਹਾਲੇ ਵੀ ਨਹੀਂ ਦਿੱਤੇ ਜਾ ਰਹੇ। ਇਸ ਸੰਬੰਧੀ ਡਾਇਟ ਸਪਲਾਈ ਠੇਕੇਦਾਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਇਲਜ਼ਾਮਾਂ ਨੂੰ ਬੇਬੁਨਿਆਦ ਕਰਾਰ ਦਿੱਤਾ। ਉਹਨਾਂ ਦਾ ਦਾਅਵਾ ਹੈ ਕਿ ਉਹ ਸਰਕਾਰ ਦੇ ਨਿਯਮਾਂ ਅਨੁਸਾਰ ਸਾਰੀ ਡਾਇਟ ਬੱਚਿਆਂ ਨੂੰ ਦੇ ਰਹੇ ਨੇ ਪਰ ਜਦੋਂ ਉਹਨਾਂ ਨੂੰ ਆਂਡੇ ਨਾ ਦੇਣ ਸੰਬੰਧੀ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕੀ ਤਰਕ ਦਿੱਤਾ ਤੁਸੀਂ ਖੁਦ ਹੀ ਸੁਣ ਲਵੋ। ਮੇਰੇ ਕੋਲ ਜੀ 141 ਬੱਚੇ ਆ ਜੀ ਅਲੱਗ ਅਲੱਗ ਸੈਂਟਰਾਂ ਦੇ, ਜਿਹ 'ਚ ਕਬੱਡੀ ਹੋ ਗਿਆ, ਕੁਸ਼ਤੀ ਹੋ ਗਿਆ, ਹਾਕੀ ਦੇ ਸੈਂਟਰ ਹੈ ਜੀ, ਬੈਡਮਿੰਟ ਉਹਦੇ ਬਾਸਕਟਬਾਲ ਦੇ, ਵਾਲੀਬਾਲ ਦੇ ਅਤੇ ਹੋਰ ਆਪਣਾ ਕਿਆ ਕਹਿੰਦੇ ਆਪਣਾ ਸ਼ੂਟਿੰਗ ਦੇ ਸੈਂਟਰ ਹੈ ਜੀ। ਕਿੰਨੀ ਦੇਰ ਤੋਂ ਸਪਲਾਈ ਦੇ ਰਹੇ ਹੋ? ਕਿੰਨੀ ਦੇਰ ਤੋਂ? ਇਹ ਮੈਂ 2012 ਤੋਂ ਦੇ ਰਿਹਾ ਜੀ ਸਪਲਾਈ। 2012 ਤੋਂ? ਹਾਂਜੀ। ਅਤੇ 2012 ਤੋਂ ਸਪਲਾਈ ਦੇ ਰਹੇ, ਕੀ ਸਮਾਨ ਜਿਹੜੇ ਆ, ਕਿਹੜੇ ਕਿਹੜੇ ਟਾਈਮ ਕੀ ਸਮਾਨ ਦਿੰਦੇ ਹੋ? ਇੱਕ ਤਾਂ ਮੋਰਨਿੰਗ ਸੈਸ਼ਨ 'ਚ ਦਿੰਦੇ ਜੀ 6 ਤੋਂ ਲੈ ਕੇ 7:30 ਵਜੇ ਤੱਕ। ਇਹਦੇ 'ਚ ਕੀ ਜਿਹੜਾ ਹੈਗਾ ਡਾਇਟ ਦੇ ਇਹ ਅਕੋਰਡਿੰਗ ਟੂ ਮੀਨੂ ਜਿਹੜਾ ਸਰਕਾਰ ਦਾ ਹੈਗਾ ਜੀ, ਜੇ 'ਚ ਹਰਾ ਪੈਕਟ ਦੁੱਧ ਦਾ ਹੋ ਗਿਆ, ਬਦਾਮ ਹੋ ਗਏ, ਕੇਲੇ ਹੋ ਗਏ ਜੀ, ਉਹ ਦਿੰਦੇ ਇੱਦਾਂ ਹੀ ਅਸੀਂ ਸ਼ਾਮ ਨੂੰ ਦਿੰਦੇ ਹਾਂ ਜੀ। ਹਾਂਜੀ, ਇਹ ਤਾਂ ਉਹਦਾ ਸ਼ਾਮ ਦਾ ਟਾਈਮ ਹੈ ਕਿ 4 ਤੋਂ 6:30 ਵਜੇ ਤੱਕ ਦਾ ਜੀ। ਕਿੰਨੇ ਆਈਟਮਾਂ ਦਿੰਦੇ ਜੀ? ਹੈਂਜੀ, ਤਿੰਨੇ ਆਈਟਮਾਂ ਦਿੰਦੇ ਆ? ਨਹੀਂ, ਤਿੰਨੇ ਆਈਟਮਾਂ ਜੀ, ਜੇ ਸਰਕਾਰ ਦਾ ਜੋ ਮੀਨੂ ਹੈ ਤਿੰਨੇ ਆਈਟਮਾਂ ਦਾ ਜੀ। ਹਾਂਜੀ, ਪਰ ਜਿਹੜਾ ਸਰ ਕਈ ਜਗ੍ਹਾ ਕੋਚ ਅਤੇ ਬੱਚਿਆਂ ਦੀ ਸ਼ਿਕਾਇਤ ਆ ਕਿ ਜਿਹੜਾ ਸਮਾਨ ਮੀਨੂ ਦੇ ਵਿੱਚ ਹੈਗਾ ਉਹ ਸਮਾਨ ਦਿੱਤਾ ਨਹੀਂ ਜਾ ਰਿਹਾ, ਬਦਾਮ ਹੋ ਗਿਆ, ਆਂਡੇ ਹੋ ਗਏ, ਉੱਥੇ ਵਿੱਚ ਕਾਫੀ ਗੈਪ ਵੀ ਜਿਹੜਾ ਹੈਗਾ, ਕਈ ਕਈ ਦਿਨ ਦਿੱਤਾ ਸਮਾਨ ਨਹੀਂ। ਉਹਨੇ ਮੈਂ 3 ਦਿਨ ਦਾ ਗੈਪ ਸੀਗਾ, ਮੈਂ ਮੈਰਿਜ ਸੀਗੀ, ਮੈਂ ਉੱਥੇ ਗਿਆ ਸੀ, ਮੈਂ ਬਕਾਇਦਾ ਛੁੱਟੀ ਆਪਣਾ ਕਹਿ ਕੇ ਗਿਆ ਦਫ਼ਤਰ ਵੀ ਮੈਂ 3 ਦਿਨ ਡਾਇਟ ਨਹੀਂ ਦੇਣੀ। ਉਸ ਤੋਂ ਬਾਅਦ 4 ਤੋਂ ਆਪਣਾ ਮੈਂ ਗਿਆ ਸ਼ਨੀਵਾਰ ਦੀ, ਐਤਵਾਰ ਦੀ ਛੁੱਟੀ ਹੈਗੀ, ਸੋਮ ਮੰਗਲਵਾਰ ਦਾ ਗੈਪ ਸੀ ਜੀ ਛੁੱਟੀ ਲਈ ਸੀ, ਬੁੱਧਵਾਰ ਦੀ ਫਿਰ ਸਰਕਾਰੀ ਛੁੱਟੀ ਸੀ, ਵੀਰਵਾਰ ਨੂੰ ਮੈਂ ਫੇਰ ਦਿੱਤੀ ਡਾਇਟ, ਸ਼ੁੱਕਰਵਾਰ ਨੂੰ ਵੀ ਦਿੱਤੀ, ਵੀਰਵਾਰ ਨੂੰ ਵੀ ਦਿੱਤੀ, ਅੱਜ ਵੀ ਦੇ ਰਹੇ ਹਾਂ ਜੀ। ਗੈਪ ਤਾਂ ਦੇਖੋ ਕਿਸੇ ਨੂੰ ਕੰਮ ਪੈ ਜਾਂਦਾ, ਘਰ ਛੁੱਟੀ ਕਰਨੀ ਪੈ ਜਾਂਦੀ ਹੈ ਜੀ, ਅਸੀਂ ਉੱਦਣ ਦੀ ਫਿਰ ਅਸੀਂ ਕੋਚਾਂ ਨੂੰ ਲਿਸਟਾਂ ਅਟੈਂਡੈਂਸ ਸ਼ੀਟ ਲੱਗਦੀ ਹੈ ਜੀ ਸਾਡੀ, ਮਹੀਨੇ ਬਾਅਦ ਅਸੀਂ ਕੋਚਾਂ ਨੂੰ ਆਪਣੀਆਂ ਅਟੈਂਡੈਂਸ ਸ਼ੀਟਾਂ ਦੇ ਦਿੰਦੇ ਹਾਂ ਜੀ, ਉਹ ਆਪਣੇ ਬਾਈ ਹੱਥ ਨਾਲ ਭਰ ਕੇ ਛੁੱਟੀਆਂ ਭਰ ਕੇ ਦਫ਼ਤਰ 'ਚ ਆਪ ਜਮ੍ਹਾਂ ਕਰਾਉਂਦੇ ਹਾਂ ਜੀ। ਅਤੇ ਕਈ ਸੈਂਟਰਾਂ ਦੇ ਵਿੱਚ ਜਿਹੜੇ ਹੈਗੇ ਆ ਆਂਡੇ ਅਤੇ ਬਦਾਮ ਨਹੀਂ ਦਿੱਤੇ ਜਾ ਰਹੇ, ਬੱਚਿਆਂ ਦੀ ਸ਼ਿਕਾਇਤ ਆ ਜਾਂ ਕੋਚਾਂ ਦੀ ਸ਼ਿਕਾਇਤ ਆ ਵੀ ਸਾਨੂੰ ਨਾ ਤਾਂ ਪੁੱਛਿਆ ਗਿਆ ਨਾ ਸਾਨੂੰ ਦੱਸਿਆ ਗਿਆ ਵੀ ਸਾਨੂੰ ਨਾ ਤਾਂ ਬਦਾਮ ਮਿਲਦੇ ਨਾ ਆਂਡੇ ਮਿਲਦੇ? ਨਹੀਂ, ਅਸੀਂ ਤਕਰੀਬਨ ਸਾਰੇ ਇੱਕ ਅੱਧਾ ਕੋਈ ਰਹਿ ਗਿਆ ਹੋਊਗਾ, ਆਈ ਥਿੰਕ ਮੈਂ ਤਾਂ ਸਾਰਿਆਂ ਨੂੰ ਦੇ ਦਿੱਤੇ ਆ ਜੀ, ਕੋਈ ਆ ਕਈ ਵਾਰ ਹੁੰਦਾ ਕੋਈ ਮਿਸ ਕਰ ਹੋ ਗਿਆ ਹੋਵੇ ਅੱਗੇ ਪਿੱਛੇ, ਪਰ ਆਈ ਥਿੰਕ ਵੀ ਮੈਂ ਸਾਰਿਆਂ ਨੂੰ ਸੈਂਟਰਾਂ 'ਚ ਦਿੱਤੇ ਆ ਜੀ। ਜਦਕਿ ਜ਼ਿਲ੍ਹਾ ਖੇਡ ਅਫਸਰ ਪੱਤਰਕਾਰਾਂ ਸਾਹਮਣੇ ਠੇਕੇਦਾਰ ਦਾ ਪੱਖ ਹੀ ਭੂਰਦੇ ਨਜ਼ਰ ਆਏ ਨੇ, ਪਰ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਨਾ ਆਉਂਦਿਆਂ ਦੇਖ ਜ਼ਿਲ੍ਹਾ ਖੇਡ ਅਫਸਰ ਨੇ ਜਾਂਚ ਦੀ ਗੱਲ ਕਹਿ ਕੇ ਪੱਲਾ ਝਾੜ ਦਿੱਤਾ। ਜ਼ਿਲ੍ਹਾ ਖੇਡ ਅਫਸਰ ਮੁਤਾਬਕ ਹਰ ਇੱਕ ਬੱਚੇ ਨੂੰ ਇੱਕ ਦਿਨ ਵਿੱਚ ਸਰਕਾਰ ਵੱਲੋਂ 100 ਰੁਪਏ ਦੀ ਖੁਰਾਕ ਦਿੱਤੀ ਜਾਂਦੀ ਹੈ, ਜਦਕਿ 2 ਕੇਲੇ ਅਤੇ 2 ਦੁੱਧ ਦੇ ਪੈਕਟ 100 ਰੁਪਏ ਦੇ ਕਿਵੇਂ ਹੋ ਗਏ ਇਹ ਤੁਸੀਂ ਹੁਣ ਖੁਦ ਹੀ ਹਿਸਾਬ ਲਾ ਲਵੋ। ਠੇਕੇਦਾਰ ਨੂੰ ਅਸੀਂ ਜੀ ਇੱਕ ਤਾਂ ਅੱਧਾ ਕਿਲੋ ਸਵੇਰੇ ਜੀ, ਅੱਧਾ ਕਿਲੋ ਸ਼ਾਮ ਨੂੰ ਦੁੱਧ ਦਾ ਪੈਕਟ, ਤਾਂ 15 ਬਦਾਮ ਸਵੇਰੇ 15 ਸ਼ਾਮ ਨੂੰ, 2 ਕਿੱਲੇ ਸਵੇਰੇ 2 ਕਿੱਲੇ ਸ਼ਾਮ ਨੂੰ, ਤਾਂ ਵਿੱਚ ਆਂਡੇ ਵੀ ਹੈ ਜਿਨ੍ਹਾਂ ਨੇ ਬੱਚਿਆਂ ਨੇ ਕਿੱਲੇ ਲਏ ਤਾਂ ਆਂਡੇ ਵੀ ਦੇ ਰਹੇ ਉਹਨਾਂ ਨੂੰ। ਅਤੇ ਰੋਜ਼ਾਨਾ ਕਿੰਨੇ ਦਾ ਸਮਾਨ ਜਿਹੜਾ ਇੱਕ ਬੱਚੇ ਨੂੰ ਦੇਣਾ ਹੁੰਦਾ ਨੇ? ਜੀ 100 ਰੁਪਏ ਦਾ ਡਾਇਟ ਹੈ ਸਾਡੇ। ਅੱਛਾ, 98 ਰੁਪੀਜ਼ 5 ਇਹਨਾਂ ਨੇ ਲਿਆ ਸਾਡਾ ਠੇਕਾ। ਓਕੇ, ਅਤੇ ਇੱਕ ਬੱਚੇ ਨੂੰ ਮਤਲਬ ਇੱਕ ਦਿਨ ਦਾ 1 ਕਿਲੋ ਦੁੱਧ, 2 ਚਾਰ, ਹਾਂ ਚਾਰ ਆਂਡੇ ਜਾਂ ਕੇਲੇ, ਚਾਰ ਕੇਲੇ, ਚਾਰ ਆਂਡੇ ਜਾਂ ਕੇਲੇ, ਬੱਚਿਆਂ ਸਮਾਨ ਮਿਲ ਨੀ ਰਿਹਾ, ਨਾ ਤਾਂ ਮਿਲ ਰਿਹਾ ਤੁਹਾਡੇ ਆਂਡੇ ਮਿਲ ਰਹੇ ਨਾ ਬਦਾਮ ਮਿਲ ਰਿਹਾ, ਪਲੱਸ ਕਈ ਅਕੈਡਮੀਆਂ 'ਚ ਏਦਾਂ ਹੈ ਕਿ ਜਿਹੜੇ ਹੈਗੇ ਗੈਪ ਬਹੁਤ ਪੈਂਦੇ ਆ ਵੀ 3-3, 4-4 ਦਿਨ ਡਾਇਟ ਹੀ ਨਹੀਂ ਮਿਲਦੀ। ਆਂਡੇ ਦੇ ਅਸੀਂ ਕੇਲੇ ਦੇ ਰਹੇ ਹਾਂ ਕਿਉਂਕਿ ਬੱਚੇ ਕਈ ਵਾਰ ਆਂਡੇ ਨਹੀਂ ਖਾਂਦੇ, ਤਾਂ ਉਹਨਾਂ ਨੂੰ ਕੇਲੇ ਤਾਂ ਪ੍ਰੋਵਾਈਡ ਕਰਾਉਣੀ ਹੈ, ਜਿਹਨਾਂ ਨੂੰ ਆਂਡੇ ਦੀ ਉਹਨਾਂ ਨੇ ਪੁੱਛਿਆ ਹੋਣਾ ਜਾ ਕੇ ਕੋਚ ਦੇ ਨਾਲ ਗੱਲਬਾਤ ਉਹੀ ਹੋਣੀ, ਤਾਂ ਉਹੀ ਦੇਵਾਂਗੇ। ਤਾਂ ਕਿੱਥੇ ਦੀ ਡਾਇਟ ਨਹੀਂ ਮਿਲਦੀ ਇਹ ਤੁਸੀਂ ਮੈਨੂੰ ਦੱਸੋ, ਦੇਖੋ ਮੈਂ ਸੈਂਟਰ ਚੈਕਿੰਗ ਕੀਤੀ, ਆਂਡੇ ਔਰ ਬਦਾਮ ਨਹੀਂ ਮਿਲ ਰਹੇ? ਬਦਾਮ ਮਿਲ ਰਹੇ ਜੀ, ਮੈਂ ਖੁਦ ਚੈੱਕ ਕਰਕੇ ਆਇਆ ਜੀ ਆਨੰਦਪੁਰ ਸਾਹਿਬ ਵੀ, ਮੈਂ ਪਰਸੋਂ ਚੈੱਕ ਕਰਿਆ ਚੌਥੇ, ਤਾਂ ਉੱਥੇ ਮੈਂ ਡਾਇਟ ਦੇਖ ਕੇ ਉੱਥੇ ਬਦਾਮ ਕੇਲੇ ਔਰ ਦੁੱਧ ਮਿਲ ਰਹੇ ਹੈ। ਸਰ ਬੱਚੇ ਝੂਠ ਬੋਲ ਰਿਹਾ, ਕੋਚ ਝੂਠ ਬੋਲ ਰਿਹਾ? ਇਹ ਜੀ ਮੈਂ ਇੱਥੇ ਜਿਹਦੀ ਤੁਸੀਂ ਗੱਲ ਕਰ ਰਹੇ ਹੋ, ਉਹਨੇ ਆਪਣਾ ਗੋਬਿੰਦ ਵੈਲੀ ਉੱਥੇ ਹੋਕੀ ਦਾ ਸੈਂਟਰ ਚੱਲਦਾ, ਪ੍ਰਾਈਵੇਟ ਹੈ ਉਹ, ਤਾਂ ਉੱਥੇ ਮੈਂ ਖੁਦ ਜਾ ਕੇ ਆਇਆ, ਉਹਨਾਂ ਨੂੰ ਪੁੱਛਿਆ ਕਿ ਕੀ ਕੁਛ ਮਿਲਦਾ, ਉਹਨਾਂ ਨੇ ਮੈਨੂੰ ਕਿਹਾ ਕਿ ਕੇਲੇ ਔਰ ਬਦਾਮ ਉਹ ਮਿਲ ਰਿਹਾ, ਦੁੱਧ ਮਿਲ ਰਿਹਾ, ਤਾਂ ਉਹਨਾਂ ਨੂੰ ਮੈਂ ਕਿਹਾ ਕਿ ਤੁਸੀਂ ਤੁਹਾਨੂੰ ਮੀਨੂ ਪਤਾ ਨਹੀਂ ਸੀ? ਉਹ ਕਹਿੰਦੇ ਸਾਨੂੰ ਤਾਂ ਮੀਨੂ ਪਤਾ ਨਹੀਂ ਸੀ। ਮੈਂ ਕਿਹਾ ਤੁਸੀਂ ਪਤਾ ਕਰਨਾ ਸੀ ਆਫਿਸ ਤੋਂ ਜਾਂ ਠੇਕੇਦਾਰ ਤੋਂ ਪੁੱਛਣਾ ਸੀ ਕੀ ਕੁਛ ਮਿਲਦਾ? ਤਾਂ ਫਿਰ ਉਹ ਤੋਂ ਬਾਅਦ ਫਿਰ ਮੈਂ ਆ ਕੇ ਜਿਹੜੇ ਸਾਡੇ ਠੇਕੇਦਾਰ ਜੀ ਅਮਨੀਤ ਜੀ, ਉਹਨਾਂ ਗੱਲਬਾਤ ਕੀਤੀ, ਉਹ ਕਹਿੰਦੇ ਜੀ ਅਸੀਂ ਦੇ ਰਹੇ ਹਾਂ ਜੀ,
ਹੁਣ ਮੈਂ ਉਹਨਾਂ ਦੀ ਇਨਕੁਆਇਰੀ ਕਰੂੰਗਾ ਜੀ, ਉਹਨਾਂ ਨੂੰ ਕੋਚ ਨੂੰ ਬੁਲਾਊਂਗਾ। ਸਰ ਜਦੋਂ ਤੋਂ ਇਹ ਡਾਇਟ ਸ਼ੁਰੂ ਕੀਤੀ ਆ ਠੇਕੇਦਾਰ ਨੂੰ ਠੇਕਾ ਦਿੱਤਾ, ਉਦੋਂ ਤੋਂ ਜਿਹੜਾ ਹੈਗਾ ਡਾਇਟ ਘੁਟਾਲਾ ਹੋਇਆ, ਬਦਾਮ ਜਾਂ ਆਂਡੇ ਨਹੀਂ ਦਿੱਤੇ ਗਏ, ਉਸ ਨੂੰ ਲੈ ਕੇ ਕੀ ਐਕਸ਼ਨ ਲੱਗ ਦੇਖੋ ਸਾਡੇ ਬਾਕੀ ਸੈਂਟਰ ਜਾਂਦੇ ਰਹੇ ਜੀ, ਜੇ ਪ੍ਰਾਈਵੇਟ ਸੈਂਟਰ ਜਿਹੜੇ ਸਾਡੇ ਸੈਂਟਰ ਉਹਨਾਂ ਮੈਂ ਨਾਲ ਨਾਲ ਜਾਂਦਾ ਰਿਹਾ, ਇਹਨਾਂ ਦੇ ਵੀ ਚੱਕਰ ਮਾਰਿਆ, ਇਹ ਇਹਨਾਂ ਦੀ ਹੈਗੀ ਕੋਈ ਆਪਣੀ ਤਾਂ ਉਹਨਾਂ ਨੂੰ ਮੈਂ ਕਲੀਅਰ ਕਰਾਂਗਾ ਕੋਈ ਗੱਲ। ਸਰ ਇਹਦੇ 'ਚ ਕੀ ਇਨਕੁਆਇਰੀ ਕਰਕੇ ਐਕਸ਼ਨ ਲਓਗੇ ਬਣਦਾ ਇਮਾਨਦਾਰੀ ਦੇ ਨਾਲ? ਪਹਿਲਾਂ ਮੈਂ ਗੱਲ ਸਾਰੀ ਕਰਾਂਗਾ ਜੀ, ਕੋਚ ਨੂੰ ਬੁਲਾ ਕੇ, ਠੇਕੇਦਾਰ ਨੂੰ ਬੁਲਾ ਕੇ, ਠੀਕ ਹੈ ਜੀ, ਉਹ ਤੋਂ ਬਾਅਦ ਜੋ ਵੀ ਐਕਸ਼ਨ ਹੋਇਆ ਉਹ ਲਿਆ ਜਾਵੇ। ਅਤੇ ਸਰ ਜੇ ਬਾਕੀ ਅਕੈਡਮੀਆਂ 'ਚ ਵੀ ਜਿੱਦਾਂ ਹੈਗਾ, ਜੇ ਬੱਚੇ ਕਹਿ ਰਹੇ ਆ ਵੀ ਆ ਕੋਚ ਕਹਿ ਰਹੇ ਵੀ ਨਹੀਂ ਸਮਾਨ ਆ ਰਿਹਾ, ਅਤੇ ਉਹਦੇ 'ਚ ਇਹਦੇ 'ਚ ਕੀ ਜਿਹੜਾ ਕਿ ਕਾਨੂੰਨੀ ਕਾਰਵਾਈ ਕਰਵਾਈ ਜਾਊਗੀ ਇਨਕੁਆਇਰੀ ਕਰਕੇ ਜੇ ਦੋਸ਼ੀ ਪਾਇਆ ਜਾਂਦਾ? ਬਿਲਕੁਲ ਜੀ, ਜੇ ਬਾਕੀ ਅਕੈਡਮੀ ਵਾਲੇ ਵੀ ਕਹਿ ਰਹੇ ਆ, ਸੈਂਟਰ ਵਾਲੇ ਕਹਿ ਰਹੇ ਆ, ਤਾਂ ਉਸਦੇ ਜੋ ਬਣਦੀ ਕਾਰਵਾਈ ਹੋਈ ਜੇ। ਹਾਲਾਂਕਿ ਪੰਜਾਬ ਸਰਕਾਰ ਦਾ ਦਾਅਵਾ ਹੈ ਕਿ ਉਹਨਾਂ ਵੱਲੋਂ ਇੱਕ ਖਿਡਾਰੀ ਉੱਪਰ ਰੋਜ਼ਾਨਾ 100 ਰੁਪਏ ਖਰਚ ਕੀਤੇ ਜਾ ਰਹੇ ਨੇ, ਪਰ ਚੂਨਾ ਕੌਣ ਕਿੱਥੋਂ ਲਾ ਰਿਹਾ ਹੈ, ਇਹ ਕਿਸੇ ਇਕੱਲੇ ਦਾ ਕੰਮ ਹੈ ਜਾਂ ਫਿਰ ਵੱਡਾ ਜਾਲ ਵਿਛਿਆ ਹੋਇਆ, ਇਹ ਸਭ ਕੁਝ ਜਾਂਚ ਦਾ ਵਿਸ਼ਾ ਹੈ, ਅਤੇ ਜਾਂਚ ਕਦੋਂ ਕੌਣ ਕਰੇਗਾ ਅਤੇ ਕਦੋਂ ਪੂਰੀ ਹੋਵੇਗੀ ਇਹ ਵੀ ਇੱਕ ਜਾਂਚ ਦਾ ਹੀ ਵਿਸ਼ਾ। ਖੈਰ, ਖੁਰਾਕ ਮਿਲਦੀ ਹੈ ਜਾਂ ਫਿਰ ਨਹੀਂ ਇਹ ਤਾਂ ਸਮਾਂ ਹੀ ਦੱਸੇਗਾ, ਪਰ ਆਉਂਦੇ ਓਲੰਪਿਕ ਵਿੱਚ ਇਹਨਾਂ ਹੀ ਠੇਕੇਦਾਰਾਂ, ਅਫਸਰਾਂ ਅਤੇ ਸਿਆਸਤਦਾਨਾਂ ਸਣੇ ਪੂਰਾ ਦੇਸ਼ ਸੋਨ ਤਗਮੇ ਦੀਆਂ ਆਸਾਂ ਜ਼ਰੂਰ ਲਾਵੇਗਾ, ਕਿਉਂਕਿ 100 ਰੁਪਏ ਦਿਹਾੜੀ ਕਿਉਂਕਿ ਇਹਨਾਂ ਬੱਚਿਆਂ ਉੱਪਰ 100 ਰੁਪਏ ਦਿਹਾੜੀ ਦੇ ਜੋ ਖਰਚੇ ਹੋਏ ਨੇ। ਰੂਪਨਗਰ ਤੋਂ ਸੱਜਣ ਸਿੰਘ ਸੈਣੀ, ਪੰਜਾਬੀ ਲੋਕ ਚੈਨਲ।